MCQ क्वेश्चन नंबर 1 2002 ਪਹਿਲਾ ਸੰਖਿਆ ਆਉਂਦੀ ਹੈ ਦੇਖੋ ਅਸੀਂ ਅਗੇਤਰ ਸੰਖਿਆ ਤੇ ਪਿਛੇਤਰ ਸੰਖਿਆ ਬਾਰੇ ਪੜਿਆ ਸੀ ਇੰਗਲਿਸ਼ ਇਸ ਨੂੰ ਜੋ ਹੈ ਅਗੇਤਰ ਸੰਖਿਆ ਨੂੰ ਸਕਸੈਸਰ ਕਿਹਾ ਜਾਂਦਾ ਹੈ ਤੇ ਜੋ ਪਿਛੇਤਰ ਸੰਖਿਆ ਹੈ ਉਸ ਨੂੰ ਜੋ ਹੈ ਪ੍ਰੀਡਿਸੈਸਰ ਜੋ ਹੈ ਨੰਬਰ ਕਿਹਾ ਜਾਂਦਾ ਹੈ ਇੱਥੇ ਇਹਨਾਂ ਦਾ ਕੁਐਸਚਨ ਹੈ 2000 ਤੋਂ ਪਹਿਲਾਂ ਸੰਖਿਆ ਆਉਂਦੀ ਹੈ ਇਟ ਮੀਨਸ ਕਿ ਸਾਨੂੰ 2000 ਦਾ ਪਿਛੇਤਰ ਜੋ ਹੈ ਉਹ ਦੱਸਣਾ ਹੈ ਜਾਂ 2000 ਦੀ ਜੋ ਪਿਛੇਤਰ ਸੰਖਿਆ ਹੈ ਉਹ ਸਾਨੂੰ ਦੱਸਣੀ ਹੈ ਤਾਂ ਪਿਛੇਤਰ ਸੰਖਿਆ ਵਸਤੇ ਅਸੀਂ ਕੀ ਕਰਦੇ ਹੁੰਦੇ ਸੀ ਅਸੀਂ ਮਾਈਨਸ 1 ਯਾਨੀ ਕਿ 1 ਨੂੰ ਜੋ ਹੈ ਘਟਾਉਂਦੇ ਹੁੰਦੇ ਸੀ ਤਾਂ ਉਹੀ ਜੋ ਹੈ ਅਸੀਂ ਅ 2000 ਚੋਂ ਇੱਥੇ ਕਰਾਂਗੇ 2000 ਤੋਂ ਪਹਿਲਾ ਸੰਖਿਆ ਆਉਂਦੀ ਹੈ ਉਹਦੇ ਵਾਸਤੇ ਅਸੀਂ 2000 ਦੇ ਵਿੱਚੋਂ 1 ਜੁਹੇ ਘਟਾਵਾਂਗੇ ਜਾਂ ਕਿ ਮਾਈਨਸ ਕਰਾਂਗੇ ए हो गया दो हज़ार ये पिछले एक जो है वो माइनस करना है देखो इतने जो है जीरो है थले जो है वो वन है जो जीरो हों है यानी कि सिफर जो है वो वन तो जो है वह घट्ट हों छोटा हों है असी की करिए हूँ थले का जो है वो वन है वीड्डी संख्या है जीरो तो फिर असी इस ए वाला जो टू है ना इस वाले दो तो असी एक जो है उधार लैके इतने दस बना लाँगे ठीक है ਇੱਥੇ 2 ਤੋਂ ਜੋ ਹੈ ਅਸੀਂ ਉਧਾਰ ਲੈ ਕੇ ਜਾਂ ਫਿਰ ਹਾਸਲ ਲੈ ਕੇ ਠੀਕ ਹੈ ਉਸ ਨੂੰ ਹਾਸਲ ਲੈਣਾ ਵੀ ਕਿਹਾ ਜਾਂਦਾ ਹੈ ਤਾਂ ਅਸੀਂ ਜੋ ਹੈ ਹਾਸਲ ਲੈ ਕੇ 10 ਬਣਾ ਲਿਆ 10 ਚੋਂ 1 ਗਿਆ ਤਾਂ 9 ਇੱਥੇ ਵੀ ਜੋ ਹੈ 9 ਇੱਥੇ ਵੀ ਜੋ ਹੈ 9 ਰਹਿ ਗਿਆ ਤੇ ਇੱਥੇ 2 ਚੋਂ 1 ਹਾਸਲ ਗਿਆ ਸੀ ਤਾਂ ਇੱਥੇ ਜੋ ਹੈ 1 ਰਹਿ ਗਿਆ 1999 ਠੀਕ ਹੈ नाइनटीन हंड्रड नाइन या फिर वन थाउजेंड नाइन नाइन ये जो है साडा आंसर होएगा उन्नीस सौ नड़िनवे जो भी जो ऑप्शन है जिद उन्नीस सौ नड़िनवे आ रहा है वो साडा आंसर है ਇਹਨਾਂ MCQ ਦੇ ਵਿੱਚ ਕੀ ਹੁੰਦਾ ਹੈ ਵੀ ਸਾਡੇ ਕੋਲ ਨਾ ਚਾਰ ਜੋ ਹੈ ਇਹਨਾਂ ਨੇ ਆਨਸਰ ਦਿੱਤੇ ਹੁੰਦੇ ਆ ਸਾਨੂੰ ਤੇ ਸਾਨੂੰ ਉਹਨਾਂ ਦੇ ਵਿੱਚੋਂ ਕੋਈ ਜੋ ਸਹੀ ਆਨਸਰ ਹੁੰਦਾ ਹੈ ਨਾ ਜਿਵੇਂ ਇਹਨਾਂ ਨੇ A ਦੇ ਵਿੱਚ ਦੇ ਰੱਖਿਆ 2001 C ਦੇ ਵਿੱਚ 2002 ਤੇ D ਦੇ ਵਿੱਚ 1001 ਇਹ ਸਾਰੇ ਗਲਤ ਨੇ ਜੋ B ਜੋ ਪਾਰਟ ਹੈ ਠੀਕ ਹੈ B ਜੋ ਆਨਸਰ ਹੈ ਇਹਦੇ ਵਿੱਚ ਸਾਨੂੰ ਦੇ ਰੱਖਿਆ 1999 ਠੀਕ ਹੈ 1999 ਤਾਂ ਇਹ ਜੋ ਹੈ ਉਹ ਸਹੀ ਆਨਸਰ ਹੋਏਗਾ 1999 ਰਹੇ ਹੋ ਸਹੀ ਆਨਸਰ ਹੈ ਕਿਹੜੀ ਸੰਖਿਆ ਹੈ ਜੋ 9999 ਤੋਂ ਇੱਕ ਵੱਧ ਹੈ ਦੇਖੋ ਇੱਕ ਵੱਧ ਵਾਸਤੇ ਅਸੀਂ ਕੀ ਕਰਾਂਗੇ ਇੱਕ ਨੂੰ ਜੋ ਹੈ ਉਹ 9999 ਦੇ ਵਿੱਚ ਐਡ ਕਰ ਦਾਂਗੇ ਜਮਾ ਕਰ ਦਾਂਗੇ ਫਿਰ ਉਸ ਤੋਂ ਬਾਅਦ ਦੇਖ ਲਾਂਗੇ ਵੀ ਸੰਖਿਆ ਕਿਹੜੀ ਆਉਂਦੀ ਹੈ ਉਹਨਾਂ ਨੇ ਕਿਹਾ ਹੈ ਨਾ ਕਿਹੜੀ ਸੰਖਿਆ ਹੈ ਜੋ 9999 ਤੋਂ ਇੱਕ ਵੱਧ ਹੈ ਤਾਂ ਇੱਕ ਵਧਾ ਕੇ ਦੇਖ ਲੈਣੇ ਅਸੀਂ 9999 ਦੇ ਵਿੱਚ ਹਾਂਜੀ ਉਹਨਾਂ ਨੇ ਕਿਹਾ ਸੀ ਇੱਕ ਵੱਧ ਹੈ ਤਾਂ ਅਸੀਂ ਇੱਕ ਵਧਾ ਦਿੰਨੇ ਹਾਂ ਜਮਾ ਕਰ ਦਿੰਨੇ ਹਾਂ ਐਡ ਕਰ ਦਿੰਨੇ ਹਾਂ ਇੱਕ ਹਾਂਜੀ 9 ਜਮਾ 1 ਇਹ ਹੋ ਗਿਆ 10 ਤੇ ਇੱਕ ਜੋ ਹੈ ਉਹ ਹਾਸਲ ਗਿਆ 9 ਜਮਾ 1 ਇਹ ਵੀ ਹੋ ਗਿਆ 10 ਫਿਰ ਇੱਕ ਹਾਸਲ ਗਿਆ 9 ਜਮਾ 1 10 ਤੇ ਫਿਰ ਇੱਕ ਜੋ ਹੈ ਹਾਸਲ ਗਿਆ 9 ਜਮਾ 1 10 ਹਾਂਜੀ ਇਹ ਹੈ 10000 ਯਾਨੀ ਕਿ 9999 ਤੋਂ ਬਾਅਦ b ਇੱਕ ਅਗਰ 80 ਵਧਾਨਨੇ ਆ ਤਾਂ ਸਾਨੂੰ ਮਿਲੇਗਾ 10000 10000 ਇਸ ਦੇ ਵਿੱਚ ਵੀ ਸਾਡਾ ਜੋ ਹੈ ਉਹ b ਵਾਲਾ ਜੋ ਹੈ ਆਨਸਰ ਜੋ ਹੈ ਉਹ ਸਹੀ ਹੋਏਗਾ ਠੀਕ ਹੋਏਗਾ ਹਾਂਜੀ ਕੁਐਸਚਨ ਨੰਬਰ 3 ਹੈ ਜੀ ਰੋਮਨ ਅੰਕ ਬਰਨਾਲੀ ਵਿੱਚ 39 ਲਿਖਿਆ ਜਾਂਦਾ ਹੈ ਦੇਖੋ 39 ਵਾਸਤੇ ਸਾਨੂੰ ਜੋ ਹੈ ਪਹਿਲਾ ਜੋ ਹੈ ਦੇਖੋ 30 ਯਾਨੀ 30 ਜੋ ਹੈ ਲਿਖਣਾ ਪਏਗਾ ਤਾਂ 30 ਵਾਸਤੇ ਇੱਕ ਤਾਂ ਦੇਖੋ ਕੈਪੀਟਲ ਐਕਸ ਜੋ ਹੈ 10 ਦਾ ਹੁੰਦਾ ਹੈ ਅਗਲੇ ਵਾਲਾ ਕੈਪੀਟਲ ਐਕਸ 20 ਦਾ ਹੋ ਗਿਆ ਅਗਲੇ ਵਾਲਾ ਕੈਪੀਟਲ ਐਕਸ ਇਹ ਹੋ ਗਿਆ 30 ਠੀਕ ਹੈ 30 ਹੋ ਗਿਆ ਇੱਥੇ ਤੱਕ ਤਿੰਨ ਵਾਰੀ 80 ਜੋ ਹੈ ਕੈਪੀਟਲ ਐਕਸ ਲਿਖਿਆ ਹੈ ਤੇ ਕੈਪੀਟਲ ਐਕਸ ਜੋ ਹੈ ਉਹ 10 ਦਾ ਜੋ ਹੈ ਸਿੰਬਲ ਹੁੰਦਾ ਹੈ ਯਾਨਕੀ ਇਹ ਜੋ ਹੈ ਹਿੰਦੂ ਅਰੇਬਿਕ ਸੰਖਿਆ ਨੂੰ ਜੋ ਹੈ 10 ਨੂੰ ਜੋ ਹੈ ਦਰਸਾਉਂਦਾ ਹੈ ਇਹ ਵਾਲਾ ਰੋਮਨ ਅੰਕ ਇਹਨਾਂ ਨੇ ਸਾਨੂੰ ਕਿਹਾ ਹੈ 39 ਠੀਕ ਹੈ 39 ਵਾਸਤੇ ਇਹ ਤਾਂ ਹੋ ਗਿਆ 30 ਤਾਂ ਸਾਨੂੰ 9 ਹੋਰ ਚਾਹੀਦਾ ਹੈ 9 ਵਾਸਤੇ ਅਸੀਂ ਕੀ ਕਰਾਂਗੇ ਇੱਕ ਜੋ ਹੈ i ਦਾ ਸਿੰਬਲ ਲਿਖਾਂਗੇ ਆਈ ਦਾ ਕੈਪੀਟਲ ਆਈ ਜੋ ਹੈ ਉਹ 1 ਨੂੰ ਦਰਸਾਉਂਦਾ ਹੈ ਫਿਰ ਅਸੀਂ ਲਿਖਾਂਗੇ 10 ਦਾ ਸਿੰਬਲ ਜੋ ਕਿ ਕੈਪੀਟਲ ਐਕਸ ਹੁੰਦਾ ਹੈ ਅਗਰ ਕੈਪੀਟਲ ਐਕਸ ਤੋਂ ਪਹਿਲਾ ਆਈ ਆ ਰਿਹਾ ਹੈ ਏਨਕੀ 1 ਦਾ ਸਿੰਬਲ ਆ ਰਿਹਾ ਹੈ ਇਟ ਮੀਨਸ ਕਿ 10 ਵਿੱਚੋਂ 1 ਗਿਆ ਤਾਂ 9 ਤਾਂ ਇਹ ਹੋ ਗਿਆ 39 ਦਾ ਜੋ ਹੈ ਰੋਮਨ ਅੰਕ ਪ੍ਰਣਾਲੀ ਦੇ ਵਿੱਚ ਅਸੀਂ 39 ਨੂੰ ਜੋ ਹੈ ਇਦਾਂ ਲਿਖਣਾ ਹੈ ਤਾਂ ਦੇਖ ਲਓ ਜਿਹੜਾ ਸਾਨੂੰ ਹੁਣ ਜੋ ਆਨਸਰਸ ਦਿੱਤੇ ਹੋਏ ਇਹਨਾਂ ਦੇ ਵਿੱਚੋਂ ਕਿਹੜਾ ਆਨਸਰ ਹੈ ਏ ਵਾਲਾ ਡੀ ਵਾਲਾ ਜੋ ਹੈ ਆਨਸਰ ਹੈ ਠੀਕ ਹੈ ਕਵੈਸਚਨ ਨੰਬਰ 4 ਹੈ ਜੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 10000 ਨਾਲੋਂ ਕਿੰਨੀ ਘੱਟ ਹੈ ਇਹਨਾਂ ਦਾ ਕੁਐਸਚਨ ਜ਼ਰਾ ਧਿਆਨ ਨਾਲ ਸਮਝੋ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੈ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 0 ਤੋਂ ਲੈ ਕੇ 9 ਤੱਕ ਠੀਕ ਹੈ ਸਭ ਤੋਂ ਵੱਡਾ ਅੰਕ ਕਿਹੜਾ ਹੈ 9 ਹੈ 0 1 2 3 4 5 6 7 8 9 ਇਹਨਾਂ ਸਾਰੇ ਦੇ ਵਿੱਚੋਂ ਸਭ ਤੋਂ ਵੱਡਾ ਅੰਕ ਕਿਹੜਾ ਹੈ 9 ਹੈ ਤਾਂ ਇਟ ਮੀਨਸ ਕਿ ਅਗਰ ਸਾਨੂੰ ਚਾਰ ਅੰਕਾਂ ਦੀ ਸਭ ਤੋਂ ਵੱਡੀ ਤੋਂ ਵੱਡੀ ਸੰਖਿਆ ਬਣਾਣੀ ਹੈ ਤਾਂ ਸਾਨੂੰ ਚਾਰੋਂ ਅੰਕ 9 ਲੈਣੇ ਪੈਣਗੇ ਜੋ ਕਿ ਸਭ ਤੋਂ ਵੱਡੇ ਅੰਕ ਨੇ ਠੀਕ ਹੈ ਹਾਂਜੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਯਾਨਕੀ 9999 10000 ਨਾਲੋਂ ਕਿੰਨੀ ਘੱਟ ਹੈ ਤਾਂ ਅਸੀਂ ਕੀ ਕਰਾਂਗੇ 10000 ਦੇ ਵਿੱਚੋਂ ਜੋ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ ਯਾਨਕੀ 9999 ਸਾਨੂੰ ਚਾਰੇ ਅੰਕ 9 ਲੈਣੇ 9 ਲੈਣੇ ਨੇ ਉਹਦਾ ਕਾਰਨ ਇਹ ਹੈ ਵੀ 0 ਤੋਂ ਲੈ ਕੇ 9 ਤੱਕ ਠੀਕ ਹੈ 0 1 2 3 4 5 6 7 8 9 ਤੱਕ ਇਹਨਾਂ ਸਾਰਿਆਂ ਅੰਕਾਂ ਦੇ ਵਿੱਚੋਂ 9 ਜੋ ਹੈ ਉਹ ਸਭ ਤੋਂ ਵੱਡਾ ਅੰਕ ਹੁੰਦਾ ਹੈ ਤੇ ਅਗਰ ਸਾਨੂੰ ਵੱਡੀ ਤੋਂ ਵੱਡੀ ਸੰਖਿਆ ਬਣਾਣੀ ਹੈ ਤਾਂ ਸਾਨੂੰ ਵੱਡੇ ਤੋਂ ਵੱਡਾ ਅੰਕ ਜੋ ਹੈ ਉਹ ਲੈਣਾ ਹੋਏਗਾ ਹਾਂਜੀ ਉਹਨਾਂ ਦਾ ਕੁਐਸਚਨ ਸੀ ਵੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 10000 ਨਾਲੋਂ ਕਿੰਨੀ ਘੱਟ ਹੈ ਤਾਂ ਇਹਦੇ ਵਾਸਤੇ ਅਸੀਂ ਮਾਈਨਸ ਕਰਕੇ ਦੇਖ ਲਾਂਗੇ 10000 ਦੇ ਵਿੱਚੋਂ 9999 ਹਾਂਜੀ ਇੱਥੇ ਜੋ ਹੈ ਜ਼ੀਰੋ ਹੈ ਥੱਲੇ ਜੋ ਹੈ ਉਹ ਨੋ ਹੈ ਵੱਡੀ ਸੰਖਿਆ ਹੈ ਸਾਨੂੰ ਜੋ ਹੈ ਇੱਕ ਹਾਸਲ ਲੈਣਾ ਪਏਗਾ ਇੱਥੇ 10 ਬਣ ਜਾਏਗਾ ਠੀਕ ਹੈ ਤਾਂ 10 ਦੇ ਵਿੱਚੋਂ 9 ਗਏ ਤਾਂ 1 ਠੀਕ ਹੈ ਹਾਂਜੀ ਫਿਰ ਇੱਥੇ ਨੋ ਰਹਿ ਜਾਏਗਾ ਇੱਥੇ ਵੀ ਨੋ ਰਹਿ ਜਾਏਗਾ ਇੱਥੇ ਵੀ ਨੋ ਰਹਿ ਜਾਏਗਾ ਹਾਂਜੀ 9 ਚ 9 ਹੋ ਗਏ 0 9 ਚ 9 ਹੋ ਗਏ 0 9 ਚ 9 ਹੋ ਗਏ 0 ਤੇ ਇੱਕ ਤਾਂ ਅਸੀਂ ਹਾਸਲ ਲੈ ਲਿਆ ਸੀ ਤਾਂ ਇਹ ਜੋ 001 ਆਇਆ ਹੈ ਠੀਕ ਹੈ ਇਹ ਐਕਚੁਅਲ ਦੇ ਵਿੱਚ 1 ਹੀ ਹੈ ਇਹ ਜੋ ਹੈ ਇੱਕ ਹੀ ਹੈ ਤਾਂ ਸਾਡਾ ਆਨਸਰ ਹੋਏਗਾ ਜੀ 1 ਠੀਕ ਹੈ 1 ਕੁਐਸਚਨ ਨੰਬਰ 5 ਆ ਨੋ ਨੋ ਸਨਡ ਇਨ ਵੇ ਵਿੱਚ ਕੀ ਜੋੜੀਏ ਕਿ ਇਹ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ ਦੇਖੋ 9999 ਵਿੱਚ ਕੀ ਜੋੜੀਏ ਕਿ ਇਹ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜੋ ਹੈ ਜ਼ਰੂਰੀ ਹੈ ਵੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕੀ ਹੁੰਦੀ ਹੈ ਦੇਖੋ 0 ਤੋਂ ਲੈ ਕੇ 9 ਤੱਕ ਸਭ ਤੋਂ ਛੋਟਾ ਅੰਕ ਕਿਹੜਾ ਹੈ 0 ਹੀ ਹੈ ਨਾ ਤਾਂ अगर सानू छोटी मतलब जो है संख्या बनानी है छोटी से छोटी संख्या तो assi 0 ਦਾ ਯੂਜ਼ ਕਰਾਂਗੇ ਠੀਕ ਹੈ ਵੱਡੀ ਤੋਂ ਵੱਡੀ ਸੰਖਿਆ ਵਾਸਤੇ 9 ਦਾ ਯੂਜ਼ ਹੁੰਦਾ ਹੈ 9 ਦਾ ਇਸਤੇਮਾਲ ਹੁੰਦਾ ਹੈ ਤੇ ਛੋਟੀ ਤੋਂ ਛੋਟੀ ਸੰਖਿਆ ਵਾਸਤੇ 0 ਦਾ ਜੋ ਹੈ assi ਇਸਤੇਮਾਲ ਕਰਦੇ ਹਾਂ ਤਾਂ ਇਹਨਾਂ ਨੇ ਸਾਨੂੰ ਜੋ ਹੈ ਚਾਰ ਅੰਕਾਂ ਦੀ ਕਹੀ ਸੀ ਤਾਂ ਇੱਕ assi ਲੈ ਲਿਆ ਏ 0 ਦੂਜਾ 0 ਤੀਜਾ 0 ਚੌਥਾ assi 0 ਨਹੀਂ ਲੈ ਸਕਦੇ ਕਿਉਂਕਿ ਅਗਰ ਚੌਥਾ 0 ਲਵਾਂਗੇ ਨਾ ਤਾਂ ਫਿਰ ਉਹ ਕੋਈ ਨੰਬਰ ਬਣੇਗਾ ਹੀ ਨਹੀਂ ਠੀਕ ਹੈ ਕਿਉਂਕਿ ਜ਼ੀਰੋ ਜੋ ਹੈ ਕੋਈ ਅ ਮਤਲਬ ਅਗਰ ਅੱਗੇ ਲੱਗਿਆ ਹੋਇਆ ਹੈ ਜਿਵੇਂ ਬਿਲਕੁਲ ਨੰਬਰ ਦੇ ਸਟਾਰਟਿੰਗ ਦੇ ਵਿੱਚ ਜ਼ੀਰੋ ਆ ਰਿਹਾ ਹੈ ਤਾਂ ਫਿਰ ਉਹ ਨੰਬਰ ਹੁੰਦਾ ਹੀ ਨਹੀਂ ਹੈ ਠੀਕ ਹੈ ਉਸਨੂੰ ਕਾਊਂਟ ਨਹੀਂ ਕੀਤਾ ਜਾਂਦਾ ਤਾਂ ਫਿਰ ਅਸੀਂ ਜ਼ੀਰੋ ਨਾਲ ਲੈ ਕੇ ਚੌਥਾ ਅੰਕ ਉਹ ਜੋ ਹੈ ਜ਼ੀਰੋ ਤੋਂ ਅਗਲਾ ਜਿਹੜਾ ਛੋਟਾ ਅੰਕ ਹੁੰਦਾ ਹੈ 1 ਉਹ ਲਵਾਂਗੇ ਠੀਕ ਹੈ ਜ਼ੀਰੋ ਤੋਂ ਲੈ ਕੇ 9 ਤੱਕ ਜ਼ੀਰੋ ਤੋਂ ਬਾਅਦ ਅਗਲਾ ਅੰਕ ਕਿਹੜਾ ਆਉਂਦਾ ਹੈ ਉਹ ਆਉਂਦਾ ਹੈ 1 ਯਾਨੀ ਕਿ 1 ਹਾਂਜੀ ਉਹਨਾਂ ਦਾ ਕੁਐਸਚਨ ਸੀ ਵੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 999 ਤੋਂ ਕਿੰਨੀ ਜੋ ਹੈ ਉਹ ਜ਼ਿਆਦਾ ਹੈ ਕੁਝ ਇਸ ਤਰ੍ਹਾਂ ਸੀ ਕੁਸ਼ਣ ਤਾਂ ਇੰਦੇ ਵਾਸਤੇ ਸਾਨੂੰ ਸਬਟ੍ਰੈਕਸ਼ਨ ਕਰਨਾ ਹੈ ਜੀ ਹਾਂ ਜੀ ਇੱਥੇ ਜ਼ੀਰੋ ਹੈ ਥੱਲੇ ਜੋ ਹੈ 9 ਹੈ ਤਾਂ ਸਾਨੂੰ ਇੱਕ ਹਾਸਲ ਲੈਣਾ ਪਏਗਾ 10 ਚੋਂ ਹੋ ਗਏ ਤਾਂ 1 ਇੱਥੇ 9 ਰਹਿ ਗਿਆ ਇੱਥੇ ਵੀ 9 ਰਹਿ ਗਿਆ 9 ਚੋਂ ਹੋ ਗਏ 0 9 ਚੋਂ ਹੋ ਗਏ 0 ਤਾਂ ਇੱਕ ਜੋ ਹੈ ਉਹ ਸਾਡਾ ਆਨਸਰ ਹੋਏਗਾ 1 ਇਹਨਾਂ ਦਾ ਕੁਸ਼ਣ ਸੀ ਵੀ 999 ਵਿੱਚ ਕੀ ਜੋੜੀਏ ਕਿ ਇਹ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ اچھا ਇਹਨਾਂ ਜੋੜਨ ਵਾਲਾ ਪ੍ਰਸ਼ਨ ਸੀ ਓਕੇ ਦੇਖੋ ਮੈਂ ਤੁਹਾਨੂੰ ਇਹ ਸਮਝਾਉਂਦਾ ਕਿ ਸਾਡਾ ਜੋ ਚਾਰ ਅੰਕਾਂ ਦੀ ਮਤਲਬ ਛੋਟੀ ਤੋਂ ਛੋਟੀ ਸੰਖਿਆ ਹੈ ਉਹ 1000 ਹੈ ਠੀਕ ਹੈ ਹੁਣ ਉਹਨਾਂ ਦਾ ਕੁਐਸਚਨ ਹੈ ਵੀ 999 ਦੇ ਵਿੱਚ ਕੀ ਜੋੜੀਏ ਵੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ ਤਾਂ ਹੁਣ 1000 ਤੇ 999 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਪਿੱਛੇ ਜੋ ਡਿਫਰੈਂਸ ਹੈ ਠੀਕ ਹੈ ਉਹ ਫਾਈਂਡ ਆਊਟ ਕਰਕੇ ਦੇਖਿਆ ਸੀ ਠੀਕ ਹੈ ਵੀ ਜੋ ਡਿਫਰੈਂਸ ਆਇਆ ਸੀ ਦੋਵਾਂ ਦਾ ਉਹ ਅਸੀਂ ਜੋ ਹੈ ਹੁਣੇ ਕੱਢਿਆ ਸੀ ਉਹ ਇੱਕ ਸੀ ਤਾਂ ਜੋ ਉਹੀ ਇੱਕ ਹੈ ਅਗਰ ਇਸਦੇ ਵਿੱਚ ਜੋੜ ਦਿੰਨੇ ਹਾਂ 999 ਦੇ ਵਿੱਚ ਤਾਂ ਉਹ ਜੋ ਹੈ ਇਹ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਯਾਨੀ ਕਿ 1000 ਦੇ ਬਰਾਬਰ ਬਣ ਜਾਏਗਾ 9 ਜਮਾ 1 10 ਹੋ ਗਿਆ 9 ਜਮਾ 1 10 100 ਕਿ ਇੱਕ ਹਾਸਲ ਗਿਆ 901 ਨੂੰ 10 ਦੇਖੋ ਇਹਨਾਂ ਦਾ ਕੈਨ ਦਾ ਭਾਵ ਇਹ ਹੈ ਵੀ 80 1000 ਬਣਾਉਣਾ ਹੈ ਠੀਕ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ 1000 ਤੇ ਉਹਨਾਂ ਦਾ ਕੁਐਸਚਨ ਇਹ ਸੀ ਵੀ 999 ਦੇ ਵਿੱਚ ਕੀ ਜੋੜੀਏ ਕਿ ਉਹ ਜੋ ਹੈ 1000 ਬਣ ਜਾਵੇ ਤਾਂ 999 ਦੇ ਵਿੱਚ ਅਗਰ ਅਸੀਂ 1 ਜੋੜਾਂਗੇ ਤਾਂ ਉਹ ਜੋ ਹੈ 1000 ਬਣ ਜਾਏਗਾ ਜੋ ਕਿ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ ਸਰਦਾ ਅਨਸਰ ਹੋਏਗਾ ਜੀ ਬੀ ਪਾਰਟ ਯਾਨਕੀ 1 ਹਾਂ ਜੀ ਕੁਸ਼ਨ ਨੰਬਰ 6 ਹੈ ਜੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਹੁਣੇ ਅਸੀਂ ਜੋ ਹੈ ਇਹ ਮਤਲਬ ਜੋ ਹੈ ਪਿਛਲੇ ਕੁਸ਼ਨ ਦੇ ਵਿੱਚ ਡਿਸਕਸ ਕੀਤਾ ਹੈ ਅਸੀਂ ਠੀਕ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ 1000 ਹੈ ਤਿੰਨ ਜ਼ੀਰਵਾ ਹੋ ਗਿਆ ਤੇ ਤਿੰਨ ਜ਼ੀਰਵਾ ਦੇ ਅੱਗੇ ਜੋ ਹੈ ਅਸੀਂ ਇੱਕ ਲਗਾਵਾਂਗੇ ਕਿਉਂਕਿ ਚੌਥੇ ਅਗਰ ਅੰਕ ਤੇ ਵੀ ਅਗਰ ਅਸੀਂ ਜ਼ੀਰੋ ਰੱਖਦੇ ਹਾਂ ਤਾਂ ਫਿਰ ਉਹ ਜੋ ਹੈ ਕੋਈ ਵੀ ਨੰਬਰ ਜੋ ਹੈ ਕਾਊਂਟ ਨਹੀਂ ਹੋਏਗਾ हाँ जी क्वेश्चन नंबर सैवन है जी सैवन नाइन एट सिक्स उनासी सौ छियासी आठ दस स्थानक मूल है अच्छा ये स्थानक मूल वाला जो है क्वेश्चन आया है हाँ जी उनासी सौ छियासी जरा ध्यान नोटिस करो भी जो ये छियासी है ना सॉरी उनासी सौ उनासी सौ छियासी अठद का जो अठ की मतलब पोजिशन है या अठ का जो ये कह सकते है भी जिस डिजिट के उपर डिजिट द प्लेस है ठीक है एट द ठीक है इंग्लिश ਦੇ ਵਿੱਚ ਮੈਂ ਸਮਝਾ ਰਿਹਾ ਹਾਂ ਹਾਂਜੀ ਉਹ ਜੋ ਹੈ ਉਹ ਦਹਾਈ ਹੈ ਇਸ ਨੂੰ ਇੰਗਲਿਸ਼ ਵਿੱਚ 10ਸ ਪਲੇਸ ਕਹਿੰਦੇ ਹਾਂ ਤਾਂ ਅ ਦਹਾਈ ਵਾਸਤੇ ਜਾਂ 10ਸ ਪਲੇਸ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ ਵੀ ਦੇਖੋ ਹਾਂਜੀ 7986 ਦੇ ਵਿੱਚ ਇਸ 8 ਨੂੰ ਜਰਾ ਧਿਆਨ ਨਾਲ ਦੇਖੋ ਇਹ ਦਹਾਈ ਵਾਲੇ ਜੋ ਹੈ સ્થાન ਤੇ ਹੈ ਠੀਕ ਹੈ ਅਗਰ ਇੰਗਲਿਸ਼ ਚ ਕਰਾਂ ਤਾਂ ਇਹ 10th ਪਲੇਸ ਤੇ ਹੈ ਉਹਨਾਂ ਨੇ ਕਿਹਾ ਹੈ ਵੀ 8 ਦਾ ਸਥਾਨਕ ਮool ਦੱਸੋ ਠੀਕ ਹੈ ਸਥਾਨਕ ਮool ਅਸੀਂ ਕੀ ਕਰਨਾ ਹੁੰਦਾ ਹੈ ਇਹ ਹੁਣ 8 ਜੋ ਹੈ ਉਹ ਦਹਾਈ ਤੇ ਹੈ ਨਾ ਦਹਾਈ ਵਾਲੇ ਸਥਾਨ ਤੇ ਹੈ ਤਾਂ ਇਸ ਨੂੰ ਅਸੀਂ 10 ਨਾਲ ਗੁਣਾ ਕਰਾਂਗੇ ਠੀਕ ਹੈ ਇਸ ਨੂੰ ਅਸੀਂ 10 ਨਾਲ ਗੁਣਾ ਕਰਾਂਗੇ 8 ਨੂੰ 10 ਨਾਲ ਗੁਣਾ ਕਰਕੇ ਆਏਗਾ 80 ਤਾਂ ਇਹਦਾ ਜੋ 8 ਦਾ ਸਥਾਨਕ ਮੁੱਲ ਹੈ ਉਹ 80 ਹੋਏਗਾ ਯਾਨਕਿ ਬੀ ਪਾਰਟ ਦੇ ਵਿੱਚ ਜੋ ਵੀ ਆਨਸਰ ਹੈ ਬੀ ਪਾਰਟ ਵਾਲਾ ਜੋ ਆਨਸਰ ਹੈ 80 ਉਹ ਜੋ ਹੈ ਸਹੀ ਜਵਾਬ ਹੈ ਹਾਂਜੀ ਅਗਲਾ ਹੈ ਜੀ ਅਗਲਾ ਕਾਫੀ ਸਿੰਪਲ ਹੈ ਇਹਨਾਂ ਨੇ ਕਿਹਾ ਹੈ ਵੀ 7691 ਵਿੱਚ 6 ਦਾ ਅੰਕਿਤ ਮੁੱਲ ਹੈ ਦੇਖੋ ਕਿਸੇ ਵੀ ਅ ਅੰਕ ਦਾ ਅੰਕਿਤ ਮੁੱਲ ਉਹੀ ਅੰਕ ਹੁੰਦਾ ਹੈ ਅਗਰ ਇਹਨਾਂ ਨੇ ਸਾਨੂੰ ਇਹ ਕਹਿਣਾ ਵੀ 7691 ਵਿੱਚ 6 ਦਾ ਅੰਕਿਤ ਮੁੱਲ ਦੱਸੋ ਤਾਂ ਉਹ 6 ਦਾ ਅੰਕਿਤ ਮੂਲ ਉਹ 6 ਹੀ ਹੋਏਗਾ ਠੀਕ ਹੈ ਕਿਸੇ ਵੀ ਅੰਕ ਦਾ ਅੰਕਿਤ ਮੂਲ ਜੋ ਹੈ ਉਹ ਅੰਕ ਹੀ ਹੁੰਦਾ ਹੈ ਉਹ ਡਿਜੀਟ ਹੀ ਹੁੰਦਾ ਹੈ ਠੀਕ ਹੈ ਤਾਂ ਇਹਦਾ ਆਨਸਰ ਜੋ ਹੈ ਉਹ 6 ਹੋਏਗਾ 6 ਹਾਂਜੀ ਕੁਐਸਚਨ ਨੰਬਰ 9 ਹੈ ਜੀ 6708 ਅੰਕਾਂ ਨੂੰ ਵਰਤਦੇ ਹੋਏ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵੱਡੀ ਤੋਂ ਵੱਡੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ ਠੀਕ ਹੈ ওকে हाँ जी वी तो वीडी संख्या वास्ते की करते हाँ देखो छे सत्त जीरो अठ इ चार जोड़ा सब तो व्डा अंक है वह है अठत उस अखागे सब तो पहला ठीक है उस तो बाद ਜੋ ਹੈ ਦੇਖੋ 8 ਤਾਂ ਚਲਾ ਗਿਆ ਠੀਕ ਹੈ ਹੁਣ ਕਿਹੜਾ ਰਹਿ ਗਿਆ ਹੈ ਹੁਣ 6 7 0 ਦੇ ਵਿੱਚ ਦੇਖਣਾ ਹੈ ਸਾਨੂੰ ਵੀ ਕਿਹੜਾ ਵੱਡਾ ਹੈ 6 7 0 ਦੇ ਵਿੱਚੋਂ 7 ਜੋ ਹੈ ਉਹ ਵੱਡਾ ਹੈ ਠੀਕ ਹੈ ਫਿਰ ਹੁਣ ਸਾਡੇ ਕੋਲ ਜੋ ਹੈ 7 ਵੀ ਚਲਾ ਗਿਆ ਹੁਣ 6 ਤੇ 0 ਰਹਿ ਗਿਆ ਹੈ 6 ਔਰ 0 ਵਿੱਚ ਕਿਹੜਾ ਵੱਡਾ ਹੈ 6 ਵੱਡਾ ਹੈ ਫਿਰ ਕੀ ਰਹਿ ਗਿਆ ਹੈ 0 ਤਾਂ ਇਹ ਜੋ ਹੈ ਸੰਖਿਆ ਹੋਏਗੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ 6 7 0 8 ਦਾ ਵਰਤਕ ਨੂੰ ਜੋ ਹੈ ਵਰਤਕੇ ਅੰਤਨੂ ਵਰਤਕੇ ਠੀਕ ਹੈ ਵੱਡੀ ਤੋਂ ਵੱਡੀ ਸੰਖਿਆ ਹੋ ਗਈ 8760 ਉਹਨੇ 760 60 ਜੋੜ ਦੇਖ ਲਓ ਕਿੱਥੇ ਆ ਰਿਹਾ ਹੈ ਏ ਡੀ ਪਾਰਟ ਦੇ ਵਿੱਚ ਆ ਰਿਹਾ ਹੈ ਤਾਂ ਸਾਡਾ ਆਨਸਰ ਜੋ ਹੈ ਉਹ 760 ਡੀ ਪਾਰਟ ਦੇ ਵਿੱਚ ਆ ਰਿਹਾ ਸਾਡਾ ਆਨਸਰ ਜੋ ਹੈ ਉਹ ਡੀ ਪਾਰਟ ਡੀ ਪਾਰਟ ਵਾਲਾ ਹੋਏਗਾ ਠੀਕ ਹੈ ਦਾ ਸਵਾਲ ਪੁੱਛਣ ਹੈ ਜੀ ਇਹੇਠਾ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਰੋਮਨ ਸੰਖਿਆ ਠੀਕ ਨਹੀਂ ਲਿਖੀ ਗਈ ਠੀਕ ਹੈ ਹਾਂ ਜੀ ਦੇਖੋ ਜੋ A ਪਾਰਟ ਦੇ ਵਿੱਚ ਜੋ A ਪਾਰਟ ਦੇ ਵਿੱਚ ਹੈ ਉਹ ਹੋ ਗਿਆ 10 5 1 ਇਹ ਹੋ ਗਿਆ 16 ਹੁਣ ਜੋ B ਪਾਰਟ ਹੈ ਇਹਦੇ ਵਿੱਚ ਇਹ ਹੋ ਗਿਆ 10 जमा 4 14 ठीक है फिर सी पार्ट ਦੇ ਵਿੱਚ ਜੋ ਹੈ ਨਾ ਇਹ ਗਲਤ ਹੈ ਡੀ ਬਾਰਡ ਦੇ ਵਿੱਚ ਦੇਖੋ 10 ਦਾ ਜੋ ਸਿੰਬਲ ਹੈ ਉਹ ਦੋ ਵਾਰੀ ਆ ਰਿਹਾ ਇਹ ਹੋ ਗਿਆ ਵੀ ਇੱਥੇ ਕੀ ਹੈ ਕਿ ਜੋ 5 ਦਾ ਯਾਨੀ ਕਿ ਪੰਜ ਦਾ ਸਿੰਬਲ ਹੈ ਉਹ ਪਹਿਲੇ ਹੈ ਤੇ 10 ਦਾ ਸਿੰਬਲ ਜੋ ਹੈ ਉਹ ਬਾਅਦ ਦੇ ਵਿੱਚ ਹੈ ਇਦਾਂ ਜੋ ਹੈ ਰੋਮਨ ਅੰਕਸ ਜੋ ਰੋਮਨ ਅੰਕ ਨੇ ਉਹ ਨਹੀਂ ਲਿਖ ਨਹੀਂ ਲਿਖੇ ਜਾਂਦੇ ਦੇਖੋ ਹੁਣ ਇਹ ਜੋ ਹੈ ਦੇ ਕੋ ਇਹ ਬਣਦਾ ਹੈ 5 10 ਤੇ 1 ਇਦਾਂ ਦੀ ਕੋਈ ਵੀ ਜੋ ਹੈ ਸੰਖਿਆ ਨਹੀਂ ਲਿਖੀ ਜਾਂਦੀ ਹੈ ਰੋਮਨ ਦੇ ਵਿੱਚ ਕਿਉਂਕਿ ਜੋ ਕੈਪੀਟਲ ਵੀ ਹੈ ਉਹ 5 ਦਾ ਸਿੰਬਲ ਹੈ ਜੋ ਕੈਪੀਟਲ ਐਕਸ ਹੈ ਉਹ 10 ਦਾ ਸਿੰਬਲ ਹੈ ਤੇ ਜੋ ਆਈ ਹੈ ਕੈਪੀਟਲ ਉਹ 1 ਦਾ ਯਾਨੀ ਕਿ 1 ਦਾ ਸਿੰਬਲ ਹੈ ਤਾਂ ਐਕਸ ਤੋਂ ਪਹਿਲਾਂ ਕੈਪੀਟਲ ਵੀ ਨਹੀਂ ਆ ਸਕਦਾ ਇਸ ਕਰਕੇ ਇਹ ਜੋ ਹੈ ਸੀ ਪਾਰਟ ਸੜਾ ਆਨਸਰ ਹੋਏਗਾ ਔਰ ਇਹ ਵਾਲੀ ਜੋ ਰੋਮਨ ਸੰਖਿਆ ਹੈ ਉਹ ਠੀਕ ਨਹੀਂ ਹੈ ਮੈਂ ਫਿਰ ਦੱਸ ਦੇਣਾ ਹਾਂ ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਰੋਮਨ ਸੰਖਿਆ ਠੀਕ ਨਹੀਂ ਲਿਖੀ ਗਈ ਹੈ ਸੀ ਪਾਰਟ ਵਾਲਾ ਜੋ ਹੈ ਇਹ ਸੰਖਿਆ ਠੀਕ ਨਹੀਂ ਲਿਖੀ ਗਈ ਹੈ ਇਸ ਦੇ ਵਿੱਚ ਜੋ ਕੈਪੀਟਲ ਵੀ ਆ ਰਿਹਾ ਹੈ ਜੋ ਕਿ 5 ਦਾ ਸਿੰਬਲ ਹੈ 5 ਦਾ ਸਿੰਬਲ ਹੈ 5 ਨੂੰ ਦਰਸਾਉਂਦਾ ਹੈ ਉਹ ਕੈਪੀਟਲ ਐਕਸ ਜਨ ਕੀ ਜੋ 10 ਦਾ ਸਿੰਬਲ ਹੈ ਉਸ ਤੋਂ ਪਹਿਲੇ ਆ ਰਿਹਾ ਹੈ ਤਾਂ 5 10 ਤੋਂ ਪਹਿਲਾਂ ਆ ਰਿਹਾ ਹੈ ਇਹ ਰੋਮਨ ਅੰਕ ਦੇ ਵਿੱਚ ਇਦਾਂ ਨਹੀਂ ਲਿਖਿਆ ਜਾਂਦਾ ਕੁਐਸਚਨ ਨੰਬਰ 11 ਹੈ ਜੀ ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 9999 ਹੈ ਮਤਲਬ ਇਹ ਹੋ ਗਿਆ ਵੀ ਸ਼ਬਦਾਂ ਦੇ ਵਿੱਚ ਸਾਨੂੰ ਦੇ ਰੱਖਿਆ ਹੈ ਅਸੀਂ ਉਹਨੂੰ ਅੰਕਾਂ ਦੇ ਵਿੱਚ ਲਿਖਣਾ ਹੈ 9999 ਤਾਂ ਹਾਂਜੀ 9999 ਸੀ ਪਾਰਟ ਵਾਲਾ ਜੋ ਹੈ ਉਹ ਆਨਸਰ ਹੈ ਇਹ ਹੋ ਗਿਆ 9999 ਹਾਂਜੀ ਅਗਲਾ ਜੋ ਹੈ ਕਾਫੀ ਸਿੰਪਲ ਹੈ 4390 ਤੇ 9 ਇਹਦਾ ਆਨਸਰ 4399 ਹੋਏਗਾ ਠੀਕ ਹੈ ਇਸ ਨੂੰ ਜਮਾ ਕਰਕੇ ਦਿਖਾ ਦੇਣਾ ਹੈ 4000 इतने थोड़ा स्पेस ठीक नहीं है मैं फिर तो हाँ जी ये हो गया चार हजार फिर तीन सौ फिर नब्बे ते फिर नौ इना सारे नो असी जो है ऐड करना है जमा करना है जीरो प्लस जीरो जीरो प्लस जीरो ते जीरो प्लस नौ ये हो गया नौ यानी कि नाइन 0+0 ਫਿਰ 9 ਹਾਂਜੀ 0+3 3 ਹੋ ਗਿਆ 4 ਐਜ਼ ਇਟ ਇਸ 43999 ਜੋ ਹੈ ਸਾਡਾ ਆਨਸਰ ਹੋਏਗਾ ਕਵੈਸਚਨ ਨੰਬਰ 13 ਹੈ ਜੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਵੱਡੀ ਤੋਂ ਵੱਡੀ ਵੱਡੀ ਤੋਂ ਵੱਡੀ ਸੰਖਿਆ ਬਣਾਉਣ ਵਾਸਤੇ ਤੁਹਾਨੂੰ ਜੋ ਅੰਕ ਚਾਹੀਦਾ ਹੈ ਉਹ 9 ਹੈ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਵਾਸਤੇ ਜੋ ਅੰਕ ਚਾਹੀਦਾ ਹੈ ਉਹ 0 ਹੈ ਠੀਕ ਹੈ ਤਾਂ ਵੱਡੀ ਤੋਂ ਵੱਡੀ ਸੰਖਿਆ ਬ बनानी ਹੈ ਔਰ ਤਿੰਨ ਅੰਕਾਂ ਦੀ बनानी ਹੈ ਤਾਂ ਤਿੰਨੋਂ ਅੰਕ ਅਸੀਂ ਜੋ ਹੈ 9 ਲਵਾਂਗੇ ਤਾਂ 999 ਜੋ ਹੈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 999 ਜੋ ਵੀ ਪਾਟ ਵਾਲਾ ਜੋ ਹੈ ਉਹ ਆਨਸਰ ਠੀਕ ਹੋਏਗਾ ਹਾਂਜੀ ਕੁਸ਼ਚਨ ਨੰਬਰ 14 ਹੈ ਜੀ ਅ 9998 ਅਤੇ 10000 ਦੇ ਵਿਚਕਾਰ ਕਿਹੜੀ ਸੰਖਿਆ ਹੋਵੇਗੀ ਤਾਂ ਵੈਸੇ ਤਾਂ ਸਾਡਾ ਆਨਸਰ ਹੋਏਗਾ ਜੀ 999 999 ਠੀਕ ਹੈ ਤਾਂ ਦੇਖੋ ਇਹਦਾ ਕੁਐਸਚਨ ਹੈ ਵੀ 9998 ਅਤੇ 10000 ਦੇ ਵਿਚਕਾਰ ਕਿਹੜੀ ਸੰਖਿਆ ਹੋਵੇਗੀ ਠੀਕ ਹੈ ਤਾਂ ਇਸ ਵਾਸਤੇ ਅਸੀਂ ਕੀ ਕਰਾਂਗੇ 10 10000 ਦੇ ਵਿੱਚੋਂ ਅਸੀਂ ਇਹ 9998 जो है वो माइनस करके देखा ठीक है तो इतने जो है वो जीरो है इतने जो है अठ है एक हादसा लगांगे इतने दस बन जाएगा दस चौं अठ गए तो दो हाँ जी इतने नौ रह गया इतने नौ रह गया इतने नौ रह गया नौ चौ नौ गए जीरो नौ चौ नौ गए जीरो नौ चु नौ गए जीरो साढ़ा मतलब जो है एक तरह का दस हज़ार नौ हज़ार नौ सौ अठानवे माइनस करके सू मिले है दो ठीक है हूँ ये जो दो मिलया है ना ਇਹਨਾਂ ਦਾ ਕੁਐਸਚਨ ਹੈ 9998 ਅਤੇ 10000 ਦੇ ਵਿਚਕਾਰ ਕਿਹੜੀ ਸੰਖਿਆ ਹੋਵੇਗੀ ਦੇਖੋ 9998 ਦੇ ਵਿੱਚ ਅਸੀਂ ਅਗਰ ਇੱਕ ਜਮਾ ਕਰਦੇ ਹਾਂ ਤਾਂ 8 ਜਮਾ 1 ਇਹ ਹੋ ਗਿਆ 9 ਇੱਥੇ 9 ਇੱਥੇ 9 ਠੀਕ ਹੈ 9999 ਠੀਕ ਹੈ ਫਿਰ ਅਗਰ ਇੱਕ ਹੋਰ ਜਮਾ ਕਰਾਂਗੇ 9 ਜਮਾ 1 10000 ਹੋ ਗਿਆ 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 ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ 10000 ਹੈ ਠੀਕ ਹੈ ਇਹ 9998 ਹੈ ਇਸ ਕੁਸ਼ਨ ਨੂੰ ਜ਼ਰਾ ਧਿਆਨ ਨਾਲ ਸਮਝੋ ਠੀਕ ਹੈ 9000 ਉਹਨਾਂ ਨੇ ਕੀ کیا ਹੈ 9998 ਤੇ 10000 ਠੀਕ ਹੈ ਇਹਨਾਂ ਦੋਵਾਂ ਦੇ ਵਿਚਕਾਰ ਕਿਹੜੀ ਸੰਖਿਆ ਆਏਗੀ ਤਾਂ ਇਹਨਾਂ ਦੋਵਾਂ ਦੇ ਵਿਚਕਾਰ ਕਿਹੜੀ ਸੰਖਿਆ ਆ ਰਹੀ ਹੈ ਉਹ ਆ ਰਹੀ ਹੈ 9999 9998 ਦੇ ਵਿੱਚ ਇੱਕ ਜਮਾ ਕਰਦੇ ਹਾਂ ਸਾਨੂੰ ਮਿਲਦਾ ਹੈ 9999 9998 ਦੇ ਵਿੱਚ ਇੱਕ ਜਮਾ ਕਰਦੇ ਹਾਂ ਸਾਨੂੰ ਮਿਲਦਾ ਹੈ 10000 ਉਹਨਾਂ ਦਾ ਸਵਾਲ ਏਸ ਵੀ 9998 ਤੇ 10000 ਦੇ ਵਿੱਚਕਾਰ ਕਿਹੜੀ ਸੰਖਿਆ ਆ ਰਹੀ ਹੈ ਜਾਂ ਆਵੇਗੀ ਤਾਂ ਸਾਡਾ ਆਨਸਰ ਹੋਏਗਾ ਏ 9999 ਏ ਏ ਪਾਰਟ ਮਤਲਬ ਜੋ ਏ ਪਾਰਟ ਵਾਲਾ ਜੋ ਆਨਸਰ ਹੈ 9999 ਜੋ ਹੈ ਏ ਸਾਡਾ ਆਨਸਰ ਹੋਏਗਾ ਇਸ ਦੇ ਨਾਲ ਹੀ ਸਾਡਾ ਜੋ ਇਹ ਲੈਸਨ ਸੀ ਜਾਂ ਸਾਡਾ ਜੋ ਇਹ ਚੈਪਟਰ ਸੀ ਠੀਕ ਹੈ ਮੈਥਸ ਦਾ ਇਹ ਜੋ ਹੈ ਕੰਪਲੀਟ ਹੋ ਗਿਆ ਹੈ ਲਾਸਟ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਹੈ ਵੀ ਅਸੀਂ ਜੋ ਸਿੱਖਿਆ 10000 ਤੱਕ ਦੀਆਂ ਸੰਖਿਆਵਾਂ ਨੂੰ ਪੜਨਾ ਲਿਖਣਾ ਅਤੇ ਸਮਝਣਾ ਰੋਜ਼ ਰੋਜ਼ਾਨਾ ਜ਼ਿੰਦਗੀ ਦੀਆਂ ਕ੍ਰਿਆਵਾਂ ਜਿਵੇਂ ਲੈਂਡ ਦੇਣ ਖਰੀਦ ਵੇਚ ਆਦਿ ਵਿੱਚ ਸੰਖਿਆਵਾਂ ਦੀ ਵਰਤੋਂ ਦੇ ਯੋਗ ਹੋਣਾ ਇਹ ਸਾਰਾ ਕੁਝ ਅਸੀਂ ਜੋ ਹੈ ਇਸ ਚੈਪਟਰ ਦੇ ਵਿੱਚ ਜੋ ਹੈ ਉਹ ਸਿੱਖਿਆ ਹੈ ਠੀਕ ਹੈ ਅੰਕੀ ਸੰਖਿਆਵਾਂ ਦਾ ਨਿਕਟੀਕਰਨ ਸਥਾਨਕ ਮੂਲ ਅਤੇ ਅੰਕਿਤ ਮੂਲ ਦੀ ਜਾਣਕਾਰੀ ਸੰਖਿਆਵਾਂ ਦੇ ਅਗੇਤਰ ਪਿਛੇਤਰ ਵਧਦੇ ਘਟਦੇ ਕ੍ਰਮ ਬਾਰੇ ਜਾਣਕਾਰੀ ਵੱਖ-ਵੱਖ ਅੰਕਾਂ ਦੀ ਮਦਦ ਨਾਲ ਪੰਜ ਅੰਕਾਂ ਤੱਕ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣਾ ਹਿੰਦੂ ਅਰੈਬਿਕ ਪ੍ਰਣਾਲੀ ਦੇ ਨਾਲ-ਨਾਲ ਰੋਮਨ ਪ੍ਰਣਾਲੀ ਬਾਰੇ ਵੀ ਜਾਣਕਾਰੀ ਮੁਕਾਬਲੇ ਦੀਆਂ ਮੁਕਾਬਲੇ ਦੀਆਂ ਪ੍ਰੀਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਤਿਆਰ ਹੋਣਾ ਠੀਕ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੋਣਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੋਣਾ ਹਾਂਜੀ ਇਸ ਦਿਨ ਆਲੀ ਸਾਡਾ ਜੋ ਹੈ ਇਹ ਚੈਪਟਰ ਜੋ ਹੈ ਉਹ ਖਤਮ ਹੋ ਗਿਆ ਹੈ